ਕੀਤਿਆ ਦੁਖ ਭੁਖ ਸਦਮਾਰ ਇਹ ਭੇਦਾਂ ਤੇਰੀ ਦਾਤਾਰ ਇਹ ਦੋ ਪੰਕਤੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਦੁੱਤੀ ਨੇ ਆਪ ਕਹਿੰਦੇ ਨੇ ਦੁਖ ਤੇ ਭੁਖ ਤੇ ਦੁਖ ਦੀ ਭੁਖ ਦੀ ਮਾਰ ਵਿੱਚ ਜੋ ਜੀ ਰਹੇ ਨੇ ਇਹ ਸਿਰਜਨਹਾਰ ਇਹ ਵੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਚੋਂ ਇੱਕ ਦਾਤ ਜੋ ਤੂੰ ਕਈਆਂ ਦੀ ਝੋਲੀ ਦੇ ਚ ਪਾਈ ਜਗਤ ਦੇ ਵਾਹਿਦ ਰਹਿਬਰੀ ਪੁਰਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਦੁੱਖ ਤੇ ਬੁੱਖ ਨੂੰ ਈਸ਼ਵਰ ਦਾ ਸ਼ਰਾਪ ਨਹੀਂ ਮੰਨਦੇ। ਕਰੋਪੀ ਨਹੀਂ ਮੰਨਦੇ। ਦਾਤ ਮੰਨਦੇ ਨੇ। ਦਰਸਲ ਕਈ ਮਨੁੱਖ ਅਹਿਸਾਸ ਦੇ ਤਲ ਤੇ ਇਤਨੇ ਕਮਜ਼ੋਰ ਨੇ। ਮਹਿਸੂਸ ਕਰਨ ਦਾ ਮਾਦਾ ਇਤਨਾ ਕਮਜ਼ੋਰ ਹੁੰਦਾ ਹੈ। ਕਿ ਉਹਨਾਂ ਨੂੰ ਜਗਾਣ ਲਈ ਉਹਨਾਂ ਦੀਆਂ ਸੁੱਤੀਆਂ ਹੋਈਆਂ ਬਿਰਤੀਆਂ ਨੂੰ ਜਗਾਣ ਲਈ ਕੋਈ ਦੁੱਖ ਦਾ ਧਮਾਕਾ ਹੋਣਾ ਬੜਾ ਲਾਜ਼ਮੀ ਹੈ ਜੈਸੇ ਬੰਮ ਦੇ ਵਿੱਚ ਸ਼ਕਤੀ ਤੇ ਬੜੀ ਹੈ ਪਰ ਜ਼ੋਰ ਦਾ ਜ਼ਮੀਨ ਦੇ ਉੱਤੇ ਮਾਰੀਏ ਤੇ ਫਟਦਾ ਹੈ ਤੇ ਉਹਦੀ ਸ਼ਕਤੀ ਬਾਹਰ ਆਉਂਦੀ ਹੈ ਕਈਆਂ ਮਨੁੱਖਾਂ ਦੀ ਸ਼ਕਤੀ ਦੁੱਖ ਦੇ ਧਮਾਕੇ ਨਾਲ ਹੀ ਪ੍ਰਗਟ ਹੁੰਦੀ ਹੈ ਇਸ ਵਾਸਤੇ ਦੁਨੀਆਬਰ ਦੇ ਕੁਝ ਚੋਟੀ ਦੇ ਆਲਮਾ ਦਾ ਐਸਾ ਕਹਿਣਾ ਹੈ ਕਿ ਗਿਆਨ ਦੇ ਸੁੱਚੇ ਮੋਤੀ ਗਮ ਦੀਆਂ ਡੂੰਘੀਆਂ ਧਾਰਾਵਾਂ ਦੇ ਚੋਂ ਨਿਕਲਦੇ ਨੇ ਰੱਬ ਦਾ ਗਹਿਰਾ ਅਨੁਭਵ ਦੁੱਖ ਦੇ ਸਾਗਰ ਦੇ ਚੋਂ ਹੀ ਪ੍ਰਾਪਤ ਹੁੰਦਾ ਹੈ ਔਰ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਅਣਗਿਣਤ ਸੁਥੀਆਂ ਹੋਈਆਂ ਰੁਚੀਆਂ ਨੂੰ ਬਿਰਤੀਆਂ ਨੂੰ ਜਗਾਣ ਦੀ ਖਾਤਰ ਦੁੱਖ ਚਾਹੀਦਾ ਹੈ ਦੁੱਖ ਰੱਬ ਦੀ ਕਰੋਪੀ ਨਹੀਂ ਹਾਂ ਜੋ ਸੁੱਖ ਦੇ ਚ ਜਾਗੇ ਹੈ ਉਤੇ ਦੇਵਤਾ ਪਰ ਜਿਸ ਨੂੰ ਸੁੱਖ ਨੇ ਸੁਲਾ ਦਿੱਤਾ ਹੈ ਅਕਸਰ 100 ਦੇ ਚੋਂ 90 ਮਨੁੱਖ ਸੁੱਖ ਦੇ ਚ ਸੌ ਜਾਂਦੇ ਨੇ ਆਲਸੀ ਹੋ ਜਾਂਦੇ ਨੇ ਦਲਿਤਰੀ ਹੋ ਜਾਂਦੇ ਨੇ ਇਨਕਾਰੀ ਹੋ ਜਾਂਦੇ ਨੇ ਤੋਂ ਸੁੱਖ ਸੁਲਾ ਦਿੰਦਾ ਹੈ ਪਰ ਸੁੱਖ ਦੇ ਚ ਜੋ ਜਾਗਿਆ ਹੋਇਆ ਹੈ ਉਤੇ ਦੇਵਤਾ ਹੈ ਪਰ ਜੋ ਸੁੱਖ ਦੇ ਚ ਸੌ ਗਿਆ ਹੈ ਕੁਦਰਤੀ ਗੱਲ ਹੈ ਉਹਨੂੰ ਜਗਾਣ ਲਈ ਫਿਰ ਦੁੱਖ ਚਾਹੀਦਾ ਹੈ ਭਗਤ ਕਬੀਰ ਦੇ ਬੀਜਕ ਨਾਮ ਗ੍ਰੰਥ ਦੇ ਚਿਕ ਪੰਕਤੀ ਹੈ ਕਿ ਬਲਹਾਰੀ ਉਸ ਦੁੱਖ ਕੋ ਜੋ ਪਲ-ਪਲ ਨਾਮ ਜਪਾਏ ਮੈਂ ਸਦਕੇ ਜਾਣਾ ਉਸ ਦੁੱਖ ਤੋਂ हे ਪ੍ਰਮਾਤਮਾ ਜੋ ਮੇਰੇ ਮਨ ਵਿੱਚ ਤੇਰਾ ਅਹਿਸਾਸ ਪੈਦਾ ਕਰ ਦਿੰਦਾ ਹੈ ਤੇਰਾ ਚਿੰਤਨ ਪੈਦਾ ਕਰ ਦਿੰਦਾ ਹੈ ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਅਣਗਿਣਤ ਦਾਤਾਂ ਦੇ ਚੋਂ ਦੁੱਖ ਤੇ ਬੁੱਖ ਵੀ ਪ੍ਰਮਾਤਮਾ ਦੀ ਦਿੱਤੀ ਹੋਈ ਇਕ ਦਾਤ ਹੈ ਇਸ ਤੋਂ ਬਿਨਾ ਮਨੁੱਖ ਜਾਗਦਾ ਨਹੀਂ ਇਸ ਤੋਂ ਬਿਨਾ ਮਨੁੱਖ ਸੁਚੇਤ ਨਹੀਂ ਹੁੰਦਾ ਕਈ ਐਸੀਆਂ ਬਿਰਤੀਆਂ ਜੋ ਦੁੱਖ ਦੇ ਧਮਾਕੇ ਨਾਲ ਹੀ ਪੈਦਾ ਹੁੰਦੀਆਂ ਨੇ ਜਾਗਦੀਆਂ ਨੇ ਉਸ ਤੋਂ ਪੈਦਾ ਉਸ ਤੋਂ ਪਹਿਲੇ ਉਹਨਾਂ ਦਾ ਜਾਗਣਾ ਅਤਿਅੰਤ ਕਠਨ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਕਿ ਤਿਆਂ ਦੁੱਖ ਭੂਖ ਸਦਮਾਰ ਇਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਕੋਈ ਇੰਜ ਜੋਦੜੀ ਪਿਆ ਕਰਦਾ ਹੈ ਕਿ ਤੇਰੀ ਰਜ਼ਾ ਦੇ ਚ ਰਹਿ ਕੇ ਤੇਰੇ ਭਾਣੇ ਦੇ ਚ ਹੀ ਬੰਧਨ ਟੁੱਟਦੇ ਨੇ ਮੁਕਤੀ ਪ੍ਰਾਪਤ ਹੁੰਦੀ ਹੈ ਔਗਣਾਂ ਦੀ ਜ਼ੰਜੀਰ ਟੁੱਟਦੀ ਹੈ ਜਨਮ ਤੇ ਮਰਨ ਦੇ ਬੰਧਨ ਟੁੱਟਦੇ ਨੇ ਤੇਰੀ ਰਜ਼ਾ ਦੇ ਚ ਤੇਰੇ ਭਾਣੇ ਦੇ ਚ ਹੋਰ ਆਖ ਨਾ ਸਕੇ ਕੋਏ ਹੋਰ ਕੋਈ ਸਾਧਨ ਹੀ ਨਹੀਂ ਹੈ ਹੋਰ ਕੋਈ ਵਸੀਲਾ ਹੀ ਨਹੀਂ ਹੈ ਤੇਰੀ ਰਜ਼ਾ ਦੇ ਚ ਹੀ ਬੰਧਨ ਟੁੱਟਦੇ ਨੇ ਤੇਰੇ ਭਾਣੇ ਦੇ ਚ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਏ ਕੋਈ ਇਸ ਡੰਗ ਦੀ ਜੋਦੜੀ ਤੇ ਅਰਦਾਸ ਕਰ ਰਿਹਾ ਹੈ ਮਹਾਰਾਜ ਕਹਿੰਦੇ ਨੇ ਇਸ ਤੋਂ ਬਿਨਾ ਅਗਰ ਕੋਈ ਕਹਿੰਦਾ ਕਿ ਕੋਈ ਹੋਰ ਵਸੀਲਾ ਵੀ ਹੈ ਬੰਦਨਾ ਨੂੰ ਤੋੜਨ ਦਾ ਮੋਕਸ਼ ਦੀ ਪ੍ਰਾਪਤੀ ਦਾ ਤਾਂ ਮਹਾਰਾਜ ਕਹਿੰਦੇ ਨੇ ਉਹ ਹੈ ਖਾਇਕ ਖਲ ਮੂਰਖ ਹੈ ਜੇ ਕੋ ਖਾਇਕ ਆਖਣ ਪਾਏ ਕੋਈ ਖਾਇਕ ਕੋਈ ਮੂਰਖ ਕੋਈ ਨਾਦਾਨ ਇਹ ਆਖੇ ਕਿ ਹੋਰ ਵੀ ਕਈ ਵਸੀਲੇ ਨੇ ਮੋਕਸ਼ ਦੀ ਪ੍ਰਾਪਤੀ ਤੇ ਉਸ ਦੀ ਰਜ਼ਾ ਦੇ ਚ ਨਾ ਚੱਲ ਕੇ ਵੀ ਆਨੰਦ ਮਾਣਿਆ ਜਾ ਸਕਦਾ ਹੈ ਉਸ ਦੇ ਭਾਣੇ ਨੂੰ ਤੋੜ ਕੇ ਵੀ ਸੁਖ ਹਾਸਲ ਕੀਤਾ ਜਾ ਸਕਦਾ ਹੈ ਤਾਂ ਸਹਿਬ ਕਹਿੰਦੇ ਇਸ ਤਰ੍ਹਾਂ ਦਾ ਅਗਰ ਕੋਈ ਮੂਰਖ ਆਖੇ ਤਾਂ ਉਹ ਜਾਣੇ ਜੇ ਧੀਆਂ ਮੂੰਖਾਏ ਫਿਰ ਉਹੀ ਜਾਣੇਗਾ ਜਿਹੜੀਆਂ ਉਸ ਦੇ ਮੂੰਹ ਦੇ ਉੱਤੇ ਪਹਿਣੀਆਂ ਨੇ ਬਾਓ ਜਿਹੜੀ ਸ਼ਰਮਸਾਰੀ ਉਸ ਨੂੰ ਉਠਾਣੀ ਪਹਿਣੀ ਹੈ ਉਹ ਉਹੀ ਜਾਣੇਗਾ ਆਪੇ ਜਾਣੇ ਆਪੇ ਦੇ ਕੁਝ ਇਸ ਤਰ੍ਹਾਂ ਦੀ ਵੀ ਜੋਦੜੀ ਕਰਦੇ ਪੈਨੇ ਉਹ ਸਭ ਕੁਝ ਆਪ ਜਾਣਦਾ ਹੈ ਤੇ ਆਪ ਦੇ ਰਿਹਾ ਹੈ ਦੇ ਰਿਹਾ ਹੈ ਜਾਣ ਕੇ ਦੇ ਰਿਹਾ ਹੈ ਇਹ ਕੌਣ ਹੈ ਇਸ ਨੂੰ ਕੀ ਦੇਣਾ ਹੈ ਇਹ ਕੌਣ ਹੈ ਇਸ ਨੂੰ ਕੀ ਦੇਣਾ ਹੈ ਇਹ ਕੁਰਦੂ ਦੇ ਪ੍ਰਸਿੱਧ ਸ਼ਾਇਰ ਦਾ ਬੜਾ ਸੁੰਦਰ ਕਲਾਮ ਹੈ ਉਹ ਕਹਿੰਦੇ ਨੇ ਕਿਸਮਤ ਕੀਆ ਹਰ ਇੱਕ ਕੋ

ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੁਲਬੁਲ ਕੋ ਦਿਆ ਨਾਲਾ ਤੋ ਪਰਵਾਨੇ ਕੋ ਜਲਣਾ ਗਮ ਹਮ ਕੋ ਦਿਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ اے ਪ੍ਰਭੂ ਤੂ ਕਿਸੇ ਨੂੰ ਕੁਛ ਦਿੱਤਾ ਕਿਸੇ ਨੂੰ ਕੁਛ ਦਿੱਤਾ ਮੇਰੀ ਝੋਲੀ ਵਿੱਚ ਤੂ ਗਮ ਪਾਇਆ ਪਰ ਉਸ ਗਮ ਚੋਂ ਬੜੀਆਂ ਸੁੰਦਰ ਨਜ਼ਮਾਂ ਦਾ ਜਨਮ ਹੋਇਆ ਉਸ ਗਮ ਚੋਂ ਸੁੰਦਰ ਰੁਬਾਈਆਂ ਦਾ ਜਨਮ ਹੋਇਆ ਉਸ ਗਮ ਚੋਂ ਸੁੰਦਰ ਸਾਹਿਤ ਦਾ ਜਨਮ ਹੋਇਆ ਔਰ ਕਿਸੇ ਹੱਦ ਤੱਕ ਗਮਨੂ ਮਹਿਸੂਸ ਕਰਨ ਲਈ ਵੀ ਅਹਿਸਾਸ ਦਾ ਮਾਧਾ ਚਾਹੀਦਾ ਹੈ ਔਰ ਇਸੇ ਅਹਿਸਾਸ ਦੇ ਮਾਧੇ ਤੋਂ ਸੰਗੀਤ ਚਿੱਤਰਕਾਰੀ ਸਾਹਿਤ ਕਲਾ ਦਾ ਜਨਮ ਹੋਇਆ ਔਰ ਅੰਤ ਵਿੱਚ ਪ੍ਰਮਾਤਮਾ ਵੀ ਉਸੇ ਹਿਰਦੇ ਚੋਂ ਪ੍ਰਗਟ ਹੋਇਆ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਦੁੱਖ ਪ੍ਰਭੂ ਦੀ ਕਿਸੇ ਹੱਦ ਤੱਕ ਕਰੋਪੀ ਨਹੀਂ ਬਖਸ਼ਿਸ਼ ਹੈ ਔਰ ਉਹਦੀ ਰਜ਼ਾ ਦੇ ਚ ਰਹਿ ਕੇ ਮੋਕਸ਼ ਗਤੀ ਦੀ ਪ੍ਰਾਪਤ ਹੁੰਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਕੋਈ ਐਸਾ ਵੀ ਕਹਿ ਰਿਹਾ ਤੂੰ ਸਭ ਕੁਝ ਜਾਣਨਾ ਹੈ ਤੇ ਜਾਣ ਕੇ ਦਾਤਾ ਝੋਲੀ ਦੇ ਚ ਪਾਈ ਜਾ ਰਿਹਾ ਪਾਈ ਜਾ ਰਿਹਾ ਆਪੇ ਜਾਣੇ ਆਪੇ ਦੇ ਆਖੇ ਸੇ ਵੇਕੇ ਹੀ ਕੇ ਇਸ ਤਰ੍ਹਾਂ ਵੀ ਕੋਈ ਆਖ ਰਿਹਾ ਤੂੰ ਜਾਣਨਾ ਹੈ ਤੂੰ ਦੇ ਰਿਹਾ ਔਰ ਜਾਣ ਜਾਣ ਕੇ ਦੇ ਰਿਹਾ ਇਹਦੀ ਝੋਲੀ ਚ ਕੀ ਪਾਣਾ ਇਸਦੀ ਝੋਲੀ ਚ ਕੀ ਪਾਣਾ ਆਖੇ ਸੇ ਬੇ ਕਈ ਕੇ ਇਸ ਤਰ੍ਹਾਂ ਵੀ ਕਈ ਆਖ ਰਹੇ ਨੇ ਇਸ ਤਰ੍ਹਾਂ ਵੀ ਤੇਰੇ ਅੱਗੋਂ ਕਈ ਜੋਦੜੀ ਕਰ ਰਹੇ ਨੇ ਪਰ ਅਖੀਰ ਦੇ ਸਤਿਗੁਰੂ ਦੇਵ ਜੀ ਮਹਾਰਾਜ ਇਸ ਪੌੜੀਆਂ ਦੀ ਦੋ ਪੰਕਤੀਆਂ ਚ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾ ਜੇਦੀ ਝੋਲੀ ਦੇ ਚ ਤੂੰ ਆਪਣੀ ਨਾਮ ਦੀ ਦਾਤ ਪਾ ਦੇਣਾ ਸਿਫਤੋ ਸਲਾ ਦੀ ਦਾਤ ਪਾ ਦੇਣਾ ਜੇਦੀ ਝੋਲੀ ਦੇਚ ਤੂੰ ਆਪਣਾ ਚਿੰਤਨ ਦੇ ਦੇਨਾ ਆਪਣੀ ਯਾਦ ਦੇ ਦੇਨਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੇ ਪਾਦਸ਼ਾ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਤੇ ਮਾਨੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਗਿਆ ਉਹ ਤੇ ਬਹੁਤ ਉੱਚੇ ਸਿੰਘਾਸਣ ਤੇ ਜਾ ਬਿਰਾਜਿਆ ਉਸ ਉੱਚੇ ਸਿੰਘਾਸਣ ਤੇ ਜਿਸ ਦੇ ਉੱਤੇ ਪ੍ਰਮਾਤਮਾ ਆਪ ਬੈਠਾ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਨੀ ਤੋ ਦਾਤਾ ਤੇ ਹੈ ਪ੍ਰਭੂ ਤੋ ਹਰ ਇੱਕ ਦੀ ਝੋਲੀ ਚ ਪਾਈਆਂ ਨੇ ਵਖ ਵਖ ਪਰ ਸਭ ਤੋਂ ਵੱਡੀ ਦਾਤ ਇਹ ਹੈ ਜਿਹੜਾ ਤੂੰ ਕਿਸੇ ਦੀ ਝੋਲੀ ਦੇ ਵਿੱਚ ਆਪਣੀ ਸਿਫਤ ਤੋਂ ਸਲਾਹ ਪਾ ਦਿੱਤੀ ਹੈ ਆਪਣਾ ਨਾਮ ਦੇ ਦਿੱਤਾ ਹੈ ਆਪਨਾ ਚਿੰਤਨ ਦੇ ਦਿੱਤਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ